कोरोना वायरस को लेकर लोगों में भय की स्थिति बनी हुई है। वहीं पंजाब सरकार की ओर से इसके बचाव के लिए पुख्ता प्रबंध किए जा रहे हैं। दूसरी तरफ जिले के सरकारी सिविल हॉस्पिटल में आपातकालीन के लिए कोई वेंटिलेटर नहीं, ऐसे में इलाज राम भरोसे ही होगा। चाहे अस्पताल में एक आइसोलेशन वार्ड बनाकर कार्रवाई शुरू कर दी गई है। इस आइसोलेशन वार्ड पर आपात स्थिति में जिले के अन्य कस्बों व गाँव के भी मरीज निर्भर कर सकते हैं। वर्तमान में जिला पठानकोट की जनसंख्या करीब 6.5 लाख के करीब है और कोरोना वायरस के संदिग्ध मरीजों के लिए अस्पताल में वेंटिलेटर का प्रबंध तक नहीं है। ऐसे में अगर मरीजों की संख्या बढ़ती है तो वेंटिलेटर के लिए प्राइवेट अस्पतालों पर निर्भर होने के अलावा कोई चारा नहीं। यही वजह है कि किसी तरह के वायरस से ग्रस्त मरीज सिविल अस्पताल में दाखिल होने की बजाय प्राइवेट अस्पतालों में दाखिल होने की तरजीह देते हैं। कोरोना वायरस का शिकार मरीज के फेफड़े कमजोर हो जाते हैं, ऐसे में उन्हें वेंटिलेटर की खास जरूरत होती है। ऐसे में ये सुविधा नहीं होने से मरीज का कैसे उपचार होगा? इस संबंध में जब SMO डॉक्टर भूपिंदर सिंह से बात की गई तो उनका क्या कहना है, आइए सुनते हैं 7C न्यूज के MD अजीत सैनी की SMO डॉक्टर भूपिंदर सिंह से इस मुद्दे को लेकर हुई बातचीत। ਜਿਹੜਾ ਕਰੋਨਾ ਵਾਇਰਸ ਵਰਗੀ ਮਹਾਮਾਰੀ ਨਾਲ ਨਿਪਟਣ ਲਈ ਹਸਪਤਾਲ ਵੱਲੋਂ ਕੀ ਪ੍ਰਬੰਧ ਹੈ ਸਰ? ਸਾਡੇ ਕੋਲ ਸਾਰਾ ਕੁਝ ਹੈਗਾ। ਆਈਸੋਲੇਸ਼ਨ ਵਾਰਡ ਅਸੀਂ ਬਣਾ ਲਈ ਹੈ, ਫਲੂ ਕਾਰਨਰ ਬਣਾ ਲਏ ਹੈ, ਸਾਰੇ ਪੂਰੇ ਪਠਾਨਕੋਟ ਡਿਸਟ੍ਰਿਕਟ 'ਚ ਅਸੀਂ ਬਣਾ ਲਏ ਹੈ, ਠੀਕ ਹੈ ਨਾ। ਔਰ ਹੈਲਪਲਾਈਨ ਨੰਬਰ ਦੇ ਦਿੱਤਾ, ਅਗਰ ਕਿਸੇ ਨੂੰ ਕੋਈ ਪ੍ਰੋਬਲਮ ਹੁੰਦੀ ਹੈ 104 ਤੇ ਫੋਨ ਕਰੇ ਜਾਂ ਸਾਨੂੰ ਕੰਟੈਕਟ ਕਰੇ, ਠੀਕ ਹੈ। ਕੋਈ ਫੋਰਨ ਤੋਂ ਆਇਆ ਤੇ ਉਹ ਸਾਨੂੰ ਅੰਡਰ ਕੁਆਰੰਟਾਈਨ ਰਹੇ, ਜੇ ਨਹੀਂ ਹੈਗਾ ਤੇ ਉਹਨੂੰ ਮਤਲਬ ਕਿ ਉਹ ਕਰਨਾ ਚਾਹੀਦਾ ਹੈ, 14 ਦਿਨ ਦਾ ਕੁਆਰੰਟਾਈਨ ਰੱਖੇ, ਜੇ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਸਾਨੂੰ ਕੰਟੈਕਟ ਕਰੇ। ਹਜੇ ਤੱਕ ਕੀ ਕਰੋਨਾ ਵਾਇਰਸ ਦਾ ਕੋਈ ਪੇਸ਼ੈਂਟ ਪੋਜ਼ਿਟਿਵ ਪਾਇਆ ਗਿਆ? ਨਹੀਂ, ਪਠਾਨਕੋਟ ਡਿਸਟ੍ਰਿਕਟ ਵਾਲੇ 'ਚ ਕੋਈ ਨਹੀਂ ਆਇਆ, ਕੋਈ ਪੋਜ਼ਿਟਿਵ ਕੇਸ ਨਹੀਂ ਆਇਆ। ਤੇ ਆਪਣੇ ਕੋਲ ਸਰ ਸਿਵਲ ਹਸਪੀਟਲ ਦੇ ਖੁਦ ਦੇ ਕਿੰਨੇ ਵੈਂਟੀਲੇਟਰ ਹੈਗੇ ਆ? ਸਾਡੇ ਕੋਲ ਵੈਂਟੀਲੇਟਰ ਐਕਚੁਅਲ ਇਨਫੈਕਟ ਕੋਈ ਵੀ ਨਹੀਂ ਹੈਗਾ। ਤੁਸੀਂ ਅਗਰ ਸਾਡੇ ਕੋਲ ਇੱਕ ਵੈਂਟੀਲੇਟਰ ਜਿਹੜਾ ਉਹ ਅਸੀਂ ਐਮਰਜੈਂਸੀ ਸਾਡੇ ਕੋਲ ਐਂਬੂਲੈਂਸ 'ਚ ਵਿੱਚ ਹੈਗਾ ਜਿਹੜਾ ਅਸੀਂ ਯੂਜ਼ ਕਰ ਸਕਦੇ ਹਾਂ ਐਂਬੂਲੈਂਸ ਲਈ, ਔਰ ਦੂਸਰਾ ਇੱਕ ਸਾਡੇ ਕੋਲ ਥੀਏਟਰ 'ਚ ਹੈਗਾ ਜੇ ਬਹੁਤ ਦਾਇਰ ਐਮਰਜੈਂਸੀ ਹੈ ਤੇ ਉਹ ਅਸੀਂ ਯੂਜ਼ ਕਰ ਸਕਦੇ ਹਾਂ। ਅਦਰਵਾਈਜ਼ ਅਸੀਂ ਪੂਰੇ ਪਠਾਨਕੋਟ ਦੇ ਜਿੰਨੇ ਪ੍ਰਾਈਵੇਟ ਹੋਸਪਿਟਲਸ ਹੈ ਉਹਨਾਂ 'ਚ ਬਾਹਰ ਜਿਹੜੇ 10 ਹੋਸਪਿਟਲ ਦੇ ਵਿੱਚ 14 ਵੈਂਟੀਲੇਟਰਸ ਹੈਗੇ ਆ ਜੀ, ਅਸੀਂ ਉਹਨਾਂ ਸਾਰਿਆਂ ਨੂੰ ਕਹਿ ਦਿੱਤਾ ਕਿ ਇਨ ਕੇਸ ਅਗਰ ਕੋਈ ਜ਼ਰੂਰਤ ਹੁੰਦੀ ਹੈ ਤੇ ਅਸੀਂ ਉਹਨਾਂ ਨੂੰ ਮਤਲਬ ਕਿ ਉਹਨਾਂ ਨੂੰ ਕਹਿ ਦਿੱਤਾ ਕਿ ਅਗਰ ਕੋਈ ਜ਼ਰੂਰਤ ਹੁੰਦੀ ਹੈ ਤੇ ਅਸੀਂ ਤੁਹਾਨੂੰ ਪੇਸ਼ੈਂਟ ਜਿਹੜਾ ਉਹਦੇ ਵੈਂਟੀਲੇਟਰ ਤੇ ਪਾ ਸਕਦੇ ਹਾਂ। ਪਠਾਨਕੋਟ ਸੇ ਕੈਮਰਾਮੈਨ ਅਭਿਸ਼ੇਕ ਭਾਰਦਵਾਜ ਕੇ ਸਾਥ ਅਜੇ ਸੈਨੀ ਕੀ ਰਿਪੋਰਟ।